ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਚੋਰਾਂ ਦੇ ਵੱਲੋਂ ਪਹਿਲਾਂ ਤਾਂ ਘਰਾਂ ਅਤੇ ਦੁਕਾਨਾਂ ਨੂੰ ਟਾਰਗੇਟ ਕੀਤਾ ਜਾਂਦਾ ਸੀ, ਪਰ ਹੁਣ ਚੋਰਾਂ ਦੇ ਟਿਕਾਣਿਆਂ ਦੇ ਉੱਤੇ ਇੱਕ ਵਾਰ ਫਿਰ ਤੋਂ ਧਾਰਮਿਕ ਸਥਾਨ ਆ ਗਏ ਨੇ। ਜੀ ਹਾਂ, ਦੱਸ ਦਈਏ ਕਿ ਧਾਰਮਿਕ ਸਥਾਨਾਂ ਦੇ ਵਿੱਚ ਤੁਸੀਂ ਚੋਰੀ ਹੁੰਦੀ ਦੇਖੀ ਹੋਣੀ ਹੈ, ਪਰ ਇਹ ਚੋਰੀ ਕਿਤੇ ਨਾ ਕਿਤੇ ਸਭ ਤੋਂ ਅਲੱਗ ਹੈ, ਕਿਉਂਕਿ ਚੋਰਾਂ ਦੇ ਵੱਲੋਂ ਜੋ ਹੁਣ ਚੋਰੀ ਕੀਤੀ ਗਈ ਹੈ ਉਹ ਇੱਕ ਗਊਸ਼ਾਲਾ ਦੇ ਵਿੱਚ ਕੀਤੀ ਗਈ ਹੈ। ਜੀ ਹਾਂ, ਦੱਸ ਦਈਏ ਕਿ ਗਊਸ਼ਾਲਾ ਦੇ ਵਿੱਚ ਜੋ ਗੱਲਾ ਲੱਗਿਆ ਹੋਇਆ ਸੀ ਉਸ ਨੂੰ ਤੋੜ ਕੇ ਹਜ਼ਾਰਾਂ ਰੁਪਏ ਦੀ ਨਕਦੀ ਉਹਨਾਂ ਦੇ ਵੱਲੋਂ ਚੋਰੀ ਕਰ ਲਈ ਗਈ ਹੈ। ਹਾਲਾਂਕਿ ਪਹਿਲੀ ਗੱਲ ਤਾਂ ਇਸ ਦੇ ਵਿੱਚ ਹੈਰਾਨੀ ਕਰਨ ਵਾਲੀ ਇਹ ਹੈ ਕਿ ਜਿਹੜੇ ਇਹ ਚੋਰ ਨੇ ਇਹ ਬੜੀ ਹੀ ਘੱਟ ਉਮਰ ਦੇ ਨਜ਼ਰ ਆ ਰਹੇ ਨੇ। ਕਹਿ ਸਕਦੇ ਹਾਂ ਕਿ ਬਿਲਕੁਲ ਬੱਚੇ ਲੱਗ ਰਹੇ ਨੇ ਜਿਨ੍ਹਾਂ ਦੇ ਵੱਲੋਂ ਇਹ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਅਤੇ ਘਟਨਾ ਕੋਲ ਹੀ ਲੱਗੇ CCTV ਦੇ ਵਿੱਚ ਵੀ ਕੈਦ ਹੋ ਗਈ ਹੈ। ਤਾਂ ਦੱਸ ਦਈਏ ਮੋਹਾਲੀ ਦੇ ਜੀਰਕਪੁਰ ਦੇ ਵਿੱਚ ਇਹ ਚੋਰੀ ਦੀ ਵਾਰਦਾਤ ਵਾਪਰੀ ਹੈ। ਗਊਸ਼ਾਲਾ ਦੇ ਉੱਤੇ ਹੁਣ ਚੋਰਾਂ ਦੀ ਤਿੱਖੀ ਨਜ਼ਰ ਹੈ। ਜੀ ਹਾਂ, ਦੱਸ ਦਈਏ ਕਿ ਗਊਸ਼ਾਲਾ ਦੇ ਵਿੱਚ ਜੋ ਗੱਲਾ ਲੱਗਿਆ ਹੋਇਆ ਸੀ ਉਸਦੇ ਵਿੱਚੋਂ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕੀਤੀ ਗਈ ਹੈ, ਅਤੇ ਸਾਰੀ ਘਟਨਾ ਕੋਲ ਲੱਗੇ CCTV ਦੇ ਵਿੱਚ ਕੈਦ ਹੋਈ ਹੈ। ਤਾਂ ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦੋ ਚੋਰ ਆਉਂਦੇ ਨੇ, ਹੱਥ ਦੇ ਵਿੱਚ ਉਹਨਾਂ ਦੇ ਲੋਹੇ ਦੀ ਰਾੜ ਫੜੀ ਹੋਈ ਹੈ, ਅਤੇ ਉਸ ਰਾੜ ਨੂੰ ਉਹ ਗੱਲੇ ਦੇ ਵਿੱਚ ਪਾ ਕੇ ਗੱਲਾ ਤੋੜ ਦਿੰਦੇ ਨੇ, ਅਤੇ ਫਿਰ ਉਸਦੇ ਵਿੱਚੋਂ ਸਾਰੀ ਹੀ ਨਕਦੀ ਚੁੱਕ ਕੇ ਫਰਾਰ ਹੋ ਜਾਂਦੇ ਨੇ। ਹਾਲਾਂਕਿ ਤਸਵੀਰਾਂ ਦੇ ਵਿੱਚ ਸਾਫ਼ ਗਊਆਂ ਖੜੀਆਂ ਵੀ ਨਜ਼ਰ ਆ ਰਹੀਆਂ ਨੇ, ਪਰ ਬਾਵਜੂਦ ਇਸ ਦੇ ਬੇਖੌਫ ਹੋ ਕੇ ਇਹਨਾਂ ਚੋਰਾਂ ਦੇ ਵੱਲੋਂ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਅਤੇ ਹੁਣ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਗਈ ਹੈ, ਅਤੇ ਪੁਲਿਸ ਦੇ ਵੱਲੋਂ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਮੋਹਾਲੀ ਦੇ ਜੀਰਕਪੁਰ ਦੇ ਵਿੱਚ ਇਹ ਗਊਸ਼ਾਲਾ ਦੇ ਵਿੱਚ ਚੋਰੀ ਹੋਈ ਹੈ। ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਚੋਰਾਂ ਦੇ ਵੱਲੋਂ ਪਹਿਲਾਂ ਤਾਂ ਘਰਾਂ ਅਤੇ ਦੁਕਾਨਾਂ ਨੂੰ ਟਾਰਗੇਟ ਕੀਤਾ ਜਾਂਦਾ ਸੀ, ਪਰ ਹੁਣ ਚੋਰਾਂ ਦੇ ਟਿਕਾਣਿਆਂ ਦੇ ਉੱਤੇ ਇੱਕ ਵਾਰ ਫਿਰ ਤੋਂ ਧਾਰਮਿਕ ਸਥਾਨ ਆ ਗਏ ਨੇ। ਜੀ ਹਾਂ, ਦੱਸ ਦਈਏ ਕਿ ਧਾਰਮਿਕ ਸਥਾਨਾਂ ਦੇ ਵਿੱਚ ਵੀ ਤੁਸੀਂ ਚੋਰੀ ਹੁੰਦੀ ਦੇਖੀ ਹੋਣੀ ਹੈ, ਪਰ ਇਹ ਚੋਰੀ ਕਿਤੇ ਨਾ ਕਿਤੇ ਸਭ ਤੋਂ ਅਲੱਗ ਹੈ, ਕਿਉਂਕਿ ਚੋਰਾਂ ਦੇ ਵੱਲੋਂ ਜੋ ਹੁਣ ਚੋਰੀ ਕੀਤੀ ਗਈ ਹੈ ਉਹ ਇੱਕ ਗਊਸ਼ਾਲਾ ਦੇ ਵਿੱਚ ਕੀਤੀ ਗਈ ਹੈ। ਜੀ ਹਾਂ, ਦੱਸ ਦਈਏ ਕਿ ਗਊਸ਼ਾਲਾ ਦੇ ਵਿੱਚ ਜੋ ਗੱਲਾ ਲੱਗਿਆ ਹੋਇਆ ਸੀ ਉਸ ਨੂੰ ਤੋੜ ਕੇ ਹਜ਼ਾਰਾਂ ਰੁਪਏ ਦੀ ਨਕਦੀ ਉਹਨਾਂ ਦੇ ਵੱਲੋਂ ਚੋਰੀ ਕਰ ਲਈ ਗਈ ਹੈ। ਹਾਲਾਂਕਿ ਪਹਿਲੀ ਗੱਲ ਤਾਂ ਇਸ ਦੇ ਵਿੱਚ ਹੈਰਾਨੀ ਕਰਨ ਵਾਲੀ ਇਹ ਹੈ ਕਿ ਜਿਹੜੇ ਇਹ ਚੋਰ ਨੇ ਇਹ ਬੜੀ ਹੀ ਘੱਟ ਉਮਰ ਦੇ ਨਜ਼ਰ ਆ ਰਹੇ ਨੇ। ਕਹਿ ਸਕਦੇ ਹਾਂ ਕਿ ਬਿਲਕੁਲ ਬੱਚੇ ਲੱਗ ਰਹੇ ਨੇ ਜਿਨ੍ਹਾਂ ਦੇ ਵੱਲੋਂ ਇਹ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਅਤੇ ਘਟਨਾ ਕੋਲ ਹੀ ਲੱਗੇ CCTV ਦੇ ਵਿੱਚ ਵੀ ਕੈਦ ਹੋ ਗਈ ਹੈ। ਤਾਂ ਦੱਸ ਦਈਏ ਮੋਹਾਲੀ ਦੇ ਜੀਰਕਪੁਰ ਦੇ ਵਿੱਚ ਇਹ ਚੋਰੀ ਦੀ ਵਾਰਦਾਤ ਵਾਪਰੀ ਹੈ। ਗਊਸ਼ਾਲਾ ਦੇ ਉੱਤੇ ਹੁਣ ਚੋਰਾਂ ਦੀ ਤਿੱਖੀ ਨਜ਼ਰ ਹੈ। ਜੀ ਹਾਂ, ਦੱਸ ਦਈਏ ਕਿ ਗਊਸ਼ਾਲਾ ਦੇ ਵਿੱਚ ਜੋ ਗੱਲਾ ਲੱਗਿਆ ਹੋਇਆ ਸੀ ਉਸਦੇ ਵਿੱਚੋਂ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕੀਤੀ ਗਈ ਹੈ, ਅਤੇ ਸਾਰੀ ਘਟਨਾ ਕੋਲ ਲੱਗੇ CCTV ਦੇ ਵਿੱਚ ਕੈਦ ਹੋਈ ਹੈ। ਤਾਂ ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦੋ ਚੋਰ ਆਉਂਦੇ ਨੇ, ਹੱਥ ਦੇ ਵਿੱਚ ਉਹਨਾਂ ਦੇ ਲੋਹੇ ਦੀ ਰਾੜ ਫੜੀ ਹੋਈ ਹੈ, ਅਤੇ ਉਸ ਰਾੜ ਨੂੰ ਉਹ ਗੱਲੇ ਦੇ ਵਿੱਚ ਪਾ ਕੇ ਗੱਲਾ ਤੋੜ ਦਿੰਦੇ ਨੇ, ਅਤੇ ਫਿਰ ਉਸਦੇ ਵਿੱਚੋਂ ਸਾਰੀ ਹੀ ਨਕਦੀ ਚੁੱਕ ਕੇ ਫਰਾਰ ਹੋ ਜਾਂਦੇ ਨੇ। ਹਾਲਾਂਕਿ ਤਸਵੀਰਾਂ ਦੇ ਵਿੱਚ ਸਾਫ਼ ਗਊਆਂ ਖੜੀਆਂ ਵੀ ਨਜ਼ਰ ਆ ਰਹੀਆਂ ਨੇ, ਪਰ ਬਾਵਜੂਦ ਇਸ ਦੇ ਬੇਖੌਫ ਹੋ ਕੇ ਇਹਨਾਂ ਚੋਰਾਂ ਦੇ ਵੱਲੋਂ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਅਤੇ ਹੁਣ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਗਈ ਹੈ, ਅਤੇ ਪੁਲਿਸ ਦੇ ਵੱਲੋਂ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਮੋਹਾਲੀ ਦੇ ਜੀਰਕਪੁਰ ਦੇ ਵਿੱਚ ਇਹ ਗਊਸ਼ਾਲਾ ਦੇ ਵਿੱਚ ਚੋਰੀ ਹੋਈ ਹੈ।